हेलो मम्मा कित्थे हो? बेटा मैं ड्यूटी ते। मम्मा तुसी कोई दो मंडे रेस्ट कीते आ? हाँ जी बेटा, क्यों? प्लीज मम्मा उन्हां नूं छड़ दो ना। बेटा जी मैनू अपनी ड्यूटी करन दियो। और किसी को चाहिए चाहे? हरपाल सिंह मैनू सारी फाइल्स रेडी चाहिए ने। नवे SSP साहब किसी टाइम भी ज्वाइन कर सकते हैं। ओके ਜਿਹੜਾ ਲੱਭਿਆ ਏ ਨਾ ਵੀ ਮਾੜਾ ਨੀ ਮੈਨੂੰ ਲੋੜ ਨੀ ਉਹ ਲੰਮੀਆਂ ਕਾਰਾਂ ਦੀ ਉਹ ਜਿਹੜਾ ਲੱਭਿਆ ਏ ਨਾ ਵੀ ਮਾੜਾ ਨੀ ਮੈਨੂੰ ਲੋੜ ਨੀ ਉਹ ਲੰਮੀਆਂ ਕਾਰਾਂ ਦੀ ਲੋਕਾਂ ਲਈ ਸ਼ਰਾਬੀ ਹੋਣਾ ਪਾਗਲ ਵੀ ਹੋਏਗਾ ਨਾਕਾਮਯਾਬ ਬੰਦਿਆਂ 'ਚ ਸ਼ਾਮਿਲ ਵੀ ਹੋਏਗਾ ਨਿੱਜੀ ਦੇ ਵਿੱਚ ਵੈਲ ਕੋਈ ਨਾ ਉਹ ਐਸਾ ਜੱਟਾਂ ਦਾ ਤੂੰ ਪੁੱਤ ਦੱਸ ਕਿਹੜਾ ਨੀ ਹੌਲੀ ਹੌਲੀ ਵੈਲ ਛੱਡ ਜੂ ਅਪ ਛੱਡ ਜੂ ਜਵਾਈ ਮੈਂ ਤੇਰਾ ਨੀ ਹੌਲੀ ਹੌਲੀ ਵੈਲ ਛੱਡ ਜੂ ਅਪ ਛੱਡ ਜੂ ਜਵਾਈ ਮੈਂ ਤੇਰਾ ਸੌਂਖਾ ਕੇ ਮੇਰੀ ਉਹਨੇ ਵੈਲ ਪੁਣਾ ਛੱਡ ਤਾ ਨੀ ਜੱਟ ਪੱਕਾ ਨੀ ਅੰਮੀਏ ਜ਼ੁਬਾਨ ਦਾ ਹੌਲੀ ਹੌਲੀ ਕੇਸ ਜਿਨ ਪੀੜੀ ਜਾਂਦਾ ਆ ਉਹਨੂੰ ਵੀ ਫਿਕਰ ਯਾਰ ਕਾਂਦਾ ਸੌਂ ਖਾ ਕੇ ਮੇਰੀ ਉਹਨੇ ਵੈਲ ਪੁਣਾ ਛੱਡ ਤਾ ਨੀ ਜੱਟ ਪੱਕਾ ਨੀ ਅੰਮੀਏ ਜ਼ੁਬਾਨ ਦਾ ਹੌਲੀ ਹੌਲੀ ਕੇਸ ਜਿਨ ਪੀੜੀ ਜਾਂਦਾ ਆ ਉਹਨੂੰ ਵੀ ਫਿਕਰ ਯਾਰ ਕਾਂਦਾ ਉਹ ਜੱਟਾਂ ਦਾ ਪੁੱਤ ਥੋੜਾ ਰੂੜ ਜਾਤਾ ਹੋਏਗਾ ਸ਼ਹਿਰੇ ਆ ਬਠਿੰਡਾ ਐਟੀਟਿਊਡ ਜਾਤਾ ਹੋਏਗਾ ਨੀ ਮੇਰੇ ਬਿਨ ਜੀ ਨੀ ਲਾਉਂਦਾ ਲਾਤਾਂ ਕੋਲੋਂ ਡਰਦਾ ਸੀ ਜਿਹੜਾ ਨੀ ਹੌਲੀ ਹੌਲੀ ਵੈਲ ਛੱਡ ਜੂ ਅਪ ਛੱਡ ਜੂ ਜਵਾਈ ਮੈਂ ਤੇਰਾ ਨੀ ਹੌਲੀ ਹੌਲੀ ਵੈਲ ਛੱਡ ਜੂ ਅਪ ਛੱਡ ਜੂ ਜਵਾਈ ਮੈਂ ਤੇਰਾ ਅੰਮੀਏ ਨੀ ਸੁਣ ਅੰਮੀਏ ਅੰਮੀਏ ਨੀ ਸੁਣ ਅੰਮੀਏ ਨੀ ਮੈਨੂੰ ਤੂੰ ਵਿਆਹ ਦੇ ਜੱਟ ਨਾ ਗੱਲ ਸਿਰੇ ਲਾ ਦੇ ਜੱਟ ਨਾ ਜਿੰਦ ਮੁੱਕਣ ਤੇ ਆਈ ਹੋਈ ਏ ਜਿੰਦ ਮੁੱਕਣ ਤੇ ਆਈ ਹੋਈ ਏ ਨੀ ਹਾਈ ਕਿ ਮੈਂ ਜੱਟ ਛੱਡਦਾ ਨੀ ਕਿ ਮੈਂ ਸ਼੍ਰੀ ਬਰਾੜ ਛੱਡਦਾ ਮੈਂ ਤਾਂ ਮੁੰਦਰੀ ਪਟਾਈ ਹੋਈ ਏ ਨੀ ਮੈਂ ਮੁੰਦਰੀ ਪਟਾਈ ਹੋਈ ਏ ਕੱਬਾ ਜਿਹਾ ਜੱਟ ਸੀ ਉਹ ਅੰਮੀਏ ਅੱਜ ਕੱਲ ਚੱਲਦਾ ਪਿਆਰ ਨਾ ਨਾਲ ਨਾਲ ਮੈਨੂੰ ਹੁਣ ਰੱਖਦਾ ਲੋੜ ਰਹਿੰਦਾ ਸੀ ਜੋ ਕਦੇ ਹਥਿਆਰ ਨਾ ਹੋਏ ਉਹਨੇ ਅੱਖਾਂ ਬੰਦ ਕਰ ਮੇਰਾ ਹੱਥ ਲਿਆ ਫੜਨੀ ਤੂੰ ਦੂਰ ਕਿਤੇ ਜਾਵੇ ਨਾ ਉਹ ਮਰਨੀ ਜਦੋਂ ਨਾ ਮੈਨੂੰ ਉਹ ਦਿਸਦਾ ਉਹ ਜੇ ਹਰ ਪਾਸੇ ਅੰਮੀਏ ਹਨੇਰਾ ਮਾਂ ਕਿਵੇਂ ਲੱਗੇ ਫਿਰ ਨਵੇਂ SSP ਸਾਹਿਬ ਤੁਸੀਂ ਮਾਇੰਡ ਤਾਂ ਨਹੀਂ ਕਰਕੇ ਅਸੀਂ ਤਾਂ ਸਿਰਫ ਤੁਹਾਡਾ ਪ੍ਰੈਂਕ ਕਰਦੇ ਸੀ ਸੌਰੀ ਮਾਂ ਸੌਰੀ ਹੌਲੀ 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 ਵੈਲ ਛੱਡ ਜੋ ਆਪ ਛੱਡ ਜੋ ਜਵਾਈ ਮਾਂ ਤੇਰਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਿਆ ਫਿਰ ਤੁਹਾਨੂੰ ਸਾਰਿਆਂ ਨੂੰ ਵੈਲ ਗਾਣਾ ਲਾਈਕਸ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰਾ ਆਫੀਸ਼ੀਅਲੀ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਵੇਂ ਨਵੇਂ ਗਾਣਿਆਂ ਨਾਲ ਜਲਦੀ ਮਿਲਦੇ ਹਾਂ ਜੀ।